ਕੋਲਕਾਤਾ ਵਿੱਚ ਹੋਏ ਡਾਕਟਰ ਨਾਲ ਰੇਪ ਦੇ ਬਾਅਦ ਕਤਲ ਦੇ ਬਾਅਦ ਇੱਥੇ ਪੂਰੇ ਭਾਰਤ ਵਿੱਚ ਡਾਕਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਅੱਜ ਗੱਲ ਕਰਾਂਗੇ ਬਰਨਾਲਾ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਅੱਜ ਹੜਤਾਲ ਕਰਕੇ, ਮੁਕੰਮਲ ਤੌਰ 'ਤੇ ਹੜਤਾਲ ਕਰਕੇ ਵਿਰੋਧ ਕੀਤਾ ਜਾ ਰਿਹਾ। ਦਿਖਾਵਾਂਗੇ ਬਰਨਾਲਾ ਦਾ ਸਿਵਲ ਹਸਪਤਾਲ, ਸਾਰੇ ਜ਼ਿਲ੍ਹੇ ਭਰ ਵਿੱਚ ਸਾਰੇ ਡਾਕਟਰ ਅੱਜ ਸੜਕਾਂ 'ਤੇ ਉਤਰ ਕੇ ਇਸਦਾ ਵਿਰੋਧ ਕਰ ਰਹੇ ਨੇ। ਉਹਨਾਂ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਭ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਜਿਸ ਦੇ ਵਿੱਚ ਅੱਜ ਸਾਰੇ ਡਾਕਟਰ ਇੱਕ ਮੰਚ 'ਤੇ ਇਕੱਠੇ ਹੋ ਕੇ ਅੱਜ ਵਿਰੋਧ ਕੀਤਾ ਜਾ ਰਿਹਾ। ਗੱਲ ਕਰਾਂਗੇ ਡਾਕਟਰ ਸਾਹਿਬ, ਡਾਕਟਰ ਬਾਜਵਾ, ਅੱਜ ਕਿਸ ਤਰ੍ਹਾਂ ਅੱਜ ਵਿਰੋਧ ਕੀਤਾ ਜਾ ਰਿਹਾ, ਕਿਸ ਤਰ੍ਹਾਂ ਸਾਰੇ ਇੱਕ ਮੰਚ 'ਚ ਇਕੱਠੇ ਹੋਏ ਨੇ? ਇਹ ਜਿਹੜੀ ਕਲਕੱਤਾ ਦੇ ਵਿੱਚ ਬਹੁਤ ਨਿੰਦਣਯੋਗ ਘਟਨਾ ਹੋਈ ਆ, ਇੱਕ ਰੈਜੀਡੈਂਟ ਲੜਕੀ ਦਾ ਉੱਥੇ ਰੇਪ ਕਰਨ ਤੋਂ ਬਾਅਦ ਕਤਲ ਕੀਤਾ ਗਿਆ, ਉਹਦੀ ਸਪੋਰਟ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ। ਅੱਜ ਦੀਆਂ ਅਸੀਂ ਸਟ੍ਰਾਈਕ ਕੀਤੀ ਹੋਈ ਆ, OPD ਸਰਵਿਸਿਜ਼ ਬੰਦ ਨੇ, ਅਤੇ ਅਸੀਂ ਇਹ ਮੰਗ ਕਰਦੇ ਹਾਂ ਸਰਕਾਰਾਂ ਤੋਂ ਕਿ ਸਿਕਿਉਰਿਟੀ ਦਿੱਤੀ ਜਾਵੇ, ਇਸ ਤਰ੍ਹਾਂ ਦੀ ਚੀਜ਼, ਇਸ ਤਰ੍ਹਾਂ ਦੀ ਗੱਲ, ਇਸ ਤਰ੍ਹਾਂ ਦਾ ਹਾਦਸਾ ਦੁਬਾਰਾ ਕਿਸੇ ਹੋਰ ਦੇ ਨਾਲ ਨਾ ਹੋਵੇ। ਇਸ ਲਈ ਪ੍ਰੋਪਰ ਸਿਕਿਉਰਿਟੀ ਹਰ ਸਟੇਟ ਨੂੰ ਦੇਣੀ ਜ਼ਰੂਰੀ ਹੈ। ਇਹ ਸਰਕਾਰ ਦਾ ਇਹ ਕੰਮ ਹੁੰਦਾ ਕਿ ਜੋ ਡਿਊਟੀ 'ਤੇ ਸਟਾਫ, ਨਰਸਿਸ, ਡਾਕਟਰਸ, ਹੋਰ ਲੜਕੀ ਸਟਾਫ ਜਿਹੜਾ ਵੀ ਡਿਊਟੀ 'ਤੇ ਉੱਪਰ ਹੈ, ਉਹਦੀ ਸੇਫਟੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕਿਸ ਤਰ੍ਹਾਂ ਤੁਸੀਂ ਇਨਸਾਫ ਚਾਹੁੰਦੇ ਹੋ ਅਤੇ ਕਿਸ ਤਰ੍ਹਾਂ ਦੀ ਸਿਕਿਓਰ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਡਾਕਟਰਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ? ਅਸੀਂ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰਾਂ ਨਾਲ, ਆਪਣੀ ਪੰਜਾਬ ਦੀ ਸਰਕਾਰ ਦੇ ਨਾਲ ਕਾਫੀ ਵਾਰ ਮੀਟਿੰਗ ਕੀਤੀ ਹੈ, ਅਤੇ ਹਰ ਵਾਰੀ ਸਾਡਾ ਸਭ ਤੋਂ ਉੱਪਰਲਾ ਮੁੱਦਾ ਇਹੀ ਹੁੰਦਾ ਕਿ ਲੇਡੀ ਸਟਾਫ, ਦੂਸਰਾ ਵੀ ਜਿਹੜਾ ਐਮਰਜੈਂਸੀ ਸਟਾਫ ਆ, ਉਹਨਾਂ ਨੂੰ ਜਿਹੜੀਆਂ ਸਿਕਿਉਰਿਟੀ ਸਰਵਿਸਿਜ਼ ਪ੍ਰੋਪਰ ਨਹੀਂ ਹੈਗੀਆਂ, ਬੜਾ ਹੀ ਅਨਸੇਫ ਮਾਹੌਲ ਆ ਜਿੱਥੇ ਕੰਮ ਕੀਤਾ ਜਾਂਦਾ, ਤਾਂ ਹੀ ਇਹੀ ਕਾਰਨ ਆ ਕਿ ਡਾਕਟਰ ਨੌਕਰੀ ਦੇ ਵਿੱਚ ਨਹੀਂ ਆਉਂਦੇ ਔਰ ਬਹੁਤ ਸਾਰੇ ਡਾਕਟਰ ਨੌਕਰੀ ਛੱਡ ਦਿੰਦੇ ਆ। ਸਿਮਿਲਰਲੀ ਦੂਸਰਾ ਸਟਾਫ ਵੀ, ਸਟਾਫ ਨਰਸਿਸ ਦੀ ਭਾਰੀ ਕਮੀ ਆ ਪਬਲਿਕ ਹੋਸਪਿਟਲਸ ਦੇ ਵਿੱਚ। ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਜਿਹੜੇ ਦੋਸ਼ੀ ਨੇ ਉੱਥੋਂ ਦੇ, ਕਲਕੱਤਾ ਦੇ, ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਅਤੇ ਸਾਡੇ ਸਟੇਟ ਦੇ ਜਿਹੜੇ ਹਸਪਤਾਲ ਨੇ, ਸਰਕਾਰੀ ਹਸਪਤਾਲਾਂ ਦੀ ਜ਼ਿੰਮੇਵਾਰੀ ਸਰਕਾਰ ਆਪਣੇ ਸਮਝਦੀ ਹੋਈ ਪੂਰੀ ਪ੍ਰੋਪਰ ਸਿਕਿਉਰਿਟੀ ਦਿੱਤੀ ਜਾਵੇ, ਚਾਹੇ ਉਹ ਪੁਲਿਸ ਦੀ ਸਿਕਿਉਰਿਟੀ ਹੋਵੇ, ਚਾਹੇ ਉਹ ਪ੍ਰਾਈਵੇਟ ਸਿਕਿਉਰਿਟੀ ਹੋਵੇ, ਇਹ ਸਰਕਾਰ ਨੇ ਦੇਖਣਾ ਕਿਸ ਤਰ੍ਹਾਂ ਦੇਣੀ ਹੈ, ਪਰ ਸੇਫ ਮਾਹੌਲ ਦੀ ਲੋੜ ਹੈ। ਸਾਡੇ ਹੋਰ ਵੀ ਡਾਕਟਰ ਨੇ, ਕੀ ਨਾਮ ਡਾਕਟਰ ਸਾਹਿਬ? ਡਾਕਟਰ ਗੁਰਪ੍ਰੀਤ ਸਿੰਘ ਮਾਹਲ ਜੀ। ਡਾਕਟਰ ਗੁਰਪ੍ਰੀਤ ਜੀ, ਜਿਸ ਗੱਲ ਕਰੀਏ ਅੱਜ ਇਨਸਾਫ ਨੂੰ ਮੰਗ ਨੂੰ ਲੈ ਕੇ ਇਕੱਠੇ ਹੋਏ, ਕਿਸ ਤਰ੍ਹਾਂ ਅੱਜ ਰੋਸ ਹੈ ਅਤੇ ਕਿੰਨਾ ਗੁੱਸਾ, ਮਤਲਬ ਕਿ ਸਿਸਟਮ ਦੇ ਖਿਲਾਫ ਜਿਹੜਾ ਇਸ ਤਰ੍ਹਾਂ ਦੇ ਜਿਹੜਾ ਕ੍ਰਾਈਮ ਹੋ ਰਹੇ? ਗੁੱਸਾ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਜੀ। ਅੱਜ ਸਾਰੇ PCMSA ਸਾਡੇ ਸਾਰੇ ਪੰਜਾਬ ਵੱਲੋਂ ਸਟ੍ਰਾਈਕ ਹੋ ਰਹੀ ਹੈ। ਸੋ ਜਿੰਨੀ ਦੇਰ ਤੱਕ ਇਹਨਾਂ ਚੀਜ਼ਾਂ ਦਾ ਹੱਲ ਨਹੀਂ ਹੁੰਦਾ ਹੈਗਾ, ਪ੍ਰੋਪਰ ਹੱਲ ਨਹੀਂ ਹੁੰਦਾ, ਦੋਸ਼ੀਆਂ ਨੂੰ ਇਹੋ ਜਿਹੀਆਂ ਸਜ਼ਾਵਾਂ ਨਹੀਂ ਮਿਲਦੀਆਂ ਕਿ ਜਿਨ੍ਹਾਂ ਨੂੰ ਪਤਾ ਲੱਗੇ ਵੀ ਹਾਂ ਇਹ ਐਗਜ਼ੈਂਪਰੀ ਸਜ਼ਾ ਹੈਗੀ ਆ, ਫਿਰ ਲੋਕ ਹਟਦੇ ਨਹੀਂ ਹੈਗੇ ਉਸ ਤੋਂ ਬਿਨਾਂ। ਇਹ ਹਰ ਰੋਜ਼ ਦੀ ਘਟਨਾ ਹੋ ਰਹੀ ਹੈਗੀ ਆ, ਰੋਜ਼ ਕੋਈ ਨਾ ਕੋਈ ਐਵੇਂ ਦੀ ਘਟਨਾ ਵਾਪਰ ਰਹੀ ਹੈਗੀ ਆ, ਬੜੀ ਹੀ ਮੰਦਭਾਗੀ ਘਟਨਾ ਹੋਈ ਆ। ਹਜੇ ਤੱਕ ਉਹਦੇ ਉੱਤੇ ਕੋਈ ਇਨਸਾਫ ਨਹੀਂ ਮਿਲਿਆ ਹੈਗਾ। ਇਨਸਾਫ ਮੰਗਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਬਲਕਿ ਜ਼ਰੂਰ ਲਾਠੀਚਾਰਜ ਹੋ ਰਿਹਾ, ਜਾਂ ਐਵੇਂ ਦੀਆਂ ਘਟਨਾਵਾਂ ਹੋ ਰਹੀਆਂ ਜਿਹੜੀਆਂ ਆਪਾਂ ਨੂੰ ਰੋਜ਼ ਦੇਖਣ ਨੂੰ ਮਿਲ ਰਹੀਆਂ। ਬੜਾ ਜਿਹੜਾ ਇਹਦੇ ਨਾਲ ਰੋਸ ਵੱਧ ਰਿਹਾ ਹੈਗਾ ਡਾਕਟਰਸ ਦੇ ਵਿੱਚ ਵੀ ਅਤੇ ਆਮ ਜਨਤਾ ਦੇ ਵਿੱਚ ਵੀ। ਲੱਗਦਾ ਕਿ ਉਹੀ ਡਾਕਟਰ ਨੇ ਜਿਹੜੇ ਕਰੋਨਾ ਮਹਾਂਮਾਰੀ ਵੇਲੇ ਦਿਨ ਰਾਤ ਇੱਕ ਕੀਤਾ, ਅਤੇ ਅੱਜ ਉਹੀ ਡਾਕਟਰਾਂ ਨੂੰ ਅੱਜ ਸੜਕਾਂ ਦੇ ਉਤਰਨਾ ਪੈ ਰਿਹਾ। ਉਹੀ ਤਾਂ ਹੈ ਜੀ, ਦੇਖਣ ਨੂੰ ਇਹ ਲੱਗਦਾ ਵੀ ਉਹੀ ਪੋਲੀਟੀਸ਼ੀਅਨ ਦੇਖੋ ਜਿਹੜੇ ਸਾਡੇ ਉੱਤੇ ਫੁੱਲ ਵਰਸਾਉਂਦੇ ਸੀ ਜਹਾਜ਼ਾਂ ਦੇ ਰਾਹੀਂ, ਜਾਂ ਹੋਰ ਕੋਈ ਤਾੜੀਆਂ ਕੋਈ ਥਾਲੀਆਂ ਭਜਵਾਉਂਦੇ ਸੀ, ਉਹ ਹੁਣ ਕੋਈ ਉਹਨਾਂ ਦੀ ਬਾਹ ਨਹੀਂ ਫੜ ਰਿਹਾ ਹੈਗਾ, ਕੋਈ ਉਹਦੇ ਉੱਤੇ ਕੋਈ ਲਾਈਕ ਜਿਵੇਂ ਕਹਿ ਲਓ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਹੈਗਾ, ਇੰਨੇ ਦਿਨ ਬੀਤ ਗਏ ਹੈਗੇ ਆ। ਸੋ ਤਾਂ ਸਾਨੂੰ ਮਜਬੂਰ ਹੋ ਕੇ ਜਿਹੜਾ ਹੈਗਾ OPD ਸੇਵਾਵਾਂ ਬੰਦ ਕਰਨੀਆਂ ਪਈਆਂ ਨੇਗੀਆਂ ਅਤੇ ਪ੍ਰੋਟੈਸਟ ਕਰਨੀ ਪਈ ਹੈਗੀ ਆ। OPD ਸੇਵਾਵਾਂ ਬੰਦ ਨੇ, ਸਾਡੇ ਨਾਲ ਹੋਰ ਵੀ ਆਗੂ ਨੇ। ਸੋਹਣ ਸਿੰਘ ਜੀ, ਤੁਸੀਂ ਅੱਜ ਡਾਕਟਰ ਸੜਕਾਂ ਦੇ ਤੁਸੀਂ ਵੀ ਨਾਲ ਪ੍ਰੋਟੈਸਟ ਕਰ ਰਹੇ ਹੋ, ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕਿਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਅਤੇ ਕਿਸ ਕੀ ਸਖ਼ਤ ਜਿਹੜੇ ਐਕਸ਼ਨ ਲੈਣੇ ਚਾਹੀਦੇ ਸਰਕਾਰਾਂ ਨੂੰ?
ਦੇਖੋ ਜੀ, ਇਹ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ। ਜਿਨ੍ਹਾਂ ਡਾਕਟਰ ਦੇ ਉੱਤੇ ਲੋਕਾਂ ਦੀ ਸਿਹਤ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਅਤੇ ਉਹ ਡਾਕਟਰ ਆਪਣੀ ਸੁਰੱਖਿਆ ਲਈ ਅੱਜ ਗਲੀਆਂ 'ਚ ਨੇ। ਜਿਹੜਾ ਸਾਡਾ ਸਿਹਤ ਪ੍ਰਬੰਧ ਹੈ ਉਹ ਇੰਨਾ ਗਰਕ ਚੁੱਕਿਆ ਹੈ ਵੀ ਤੁਸੀਂ ਆਪਣੀ ਸੁਰੱਖਿਆ ਲਈ ਤਾਂ ਕੀ ਸੋਚੋਗੇ ਅਤੇ ਤੁਸੀਂ ਦੂਜਿਆਂ ਦੀ ਸੁਰੱਖਿਆ ਲਈ ਤਾਂ ਕੀ ਸੋਚੋਗੇ। ਤੁਹਾਡੀ ਆਪਣੀ ਸੁਰੱਖਿਆ ਜਿਹੜੀ ਉਹ ਦਾਅ 'ਤੇ ਲੱਗੀ ਹੋਈ ਹੈ। ਸੋ ਬਣਦਾ ਇਹ ਹੈ ਵੀ ਘੱਟੋ ਘੱਟ ਸਾਡੇ ਆਮ ਲੋਕਾਂ ਨੂੰ, ਸਾਡੀਆਂ ਆਮ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਲਈ ਇੱਕ ਲਾਮਬੰਦੀ ਬਣਾ ਕੇ ਇਹੋ ਜਿਹੇ ਕੇਸਾਂ ਨੂੰ ਲੜਨਾ ਚਾਹੀਦਾ ਅਤੇ ਅਸੀਂ ਸਾਡੇ ਬਰਨਾਲਾ ਨਾਲ ਸੰਬੰਧਿਤ ਜਿੰਨੀਆਂ ਵੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਇਸ ਐਜੀਟੇਸ਼ਨ ਨੂੰ ਜਿੱਥੇ ਤੱਕ ਡਾਕਟਰ ਐਸੋਸੀਏਸ਼ਨ ਲਿਜਾਣਾ ਚਾਹੂਗੀ ਅਸੀਂ ਉੱਥੋਂ ਤੱਕ ਜਾਵਾਂਗੇ। ਜਿਸ ਕਿਸਮ ਦਾ ਇਹ ਵਿਰੋਧ ਸਾਡੇ ਤੋਂ ਆਸ ਰੱਖਣਗੇ ਅਸੀਂ ਉਸ ਤੋਂ ਵੱਧ ਚੜ੍ਹ ਕੇ ਇਸ ਐਜੀਟੇਸ਼ਨ ਦੇ ਵਿੱਚ ਆਪਣਾ ਹਿੱਸਾ ਪਾਵਾਂਗੇ। ਜਿੱਥੇ ਸਾਰੇ ਡਾਕਟਰ ਅਤੇ ਜਥੇਬੰਦੀ ਵੀ ਨਾਲ ਆਗੂ ਵੀ ਇੱਥੇ ਉਤਰੇ ਨੇ, ਇੱਕ ਮੰਚ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਗੱਲ ਕਰਦੇ ਕੀ ਨਾਮ ਡਾਕਟਰ ਸਾਹਿਬ? ਡਾਕਟਰ ਸਾਹਿਬ, ਜਿਵੇਂ ਅੱਜ ਸਾਰੇ ਇਸ ਵਿਰੋਧ ਕਰ ਰਹੇ ਆ, ਸਾਰੇ ਸੜਕਾਂ ਦੇ ਉੱਤੇ, ਇਕੱਲੇ ਪਿੰਡਾਂ ਨਾਲ ਹੀ ਬਾਕੀ ਵੱਖ ਵੱਖ ਜ਼ਿਲ੍ਹਿਆਂ 'ਚ, ਪੰਜਾਬ 'ਚ ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਇਨਸਾਫ ਚਾਹੁੰਦੇ ਹੋ? ਹੈਂਗ ਟਿਲ ਡੈਥ, ਉਹ ਜਾਂ ਉਹ ਤੋਂ ਵੀ ਗੰਦਾ, ਤਾਂ ਕਿ ਕਿਸੇ ਦੀ ਹਿੰਮਤ ਨਾ ਪਵੇ ਕਿ ਦੁਬਾਰਾ ਇੱਦਾਂ ਹੋਵੇ। ਜੋ ਨਿਰਭਿਆ ਕੇਸ ਵਿੱਚ ਗਲਤੀ ਕੀਤੀ ਆ ਉਹ ਇਸ ਵਾਰ ਨਹੀਂ ਹੋਣੀ ਚਾਹੀਦੀ, ਕੋਈ ਵੀ ਕ੍ਰਿਮੀਨਲ ਬਚਣਾ ਨਹੀਂ ਚਾਹੀਦਾ। ਜੋ ਵੀ ਹੈ ਪਹਿਲਾਂ ਤਾਂ ਜਾਂਚ ਪੂਰੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ, ਪੋਸਟਮਾਰਟਮ ਰਿਪੋਰਟ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ, ਜੋ ਵੀ ਉਹਦੇ ਵਿੱਚ ਹੋਇਆ ਹੈ, ਗੱਲਾਂ ਲੁਕਾਉਣੀਆਂ ਨਹੀਂ ਚਾਹੀਦੀਆਂ। ਉਹਦੇ ਤੋਂ ਬਾਅਦ ਜੋ ਪ੍ਰੋਟੈਸਟ ਕਰ ਰਿਹਾ ਉਹਨਾਂ 'ਤੇ ਹਮਲੇ ਹੋ ਰਹੇ ਆ, ਉਹਦੇ ਲਈ ਵੀ ਐਕਸ਼ਨ ਲਿੱਤਾ ਜਾਵੇ। ਕੌਣ ਸੀਗੇ ਗੂੰਜ ਜਿਨ੍ਹਾਂ ਨੂੰ ਭੇਜਿਆ ਸੀਗਾ, ਕਿਹਨੇ ਭੇਜਿਆ ਸੀ? ਉਹਦੇ ਤੋਂ ਬਾਅਦ ਸਜ਼ਾ ਇੰਨੀ ਸਖਤ ਕਿ ਕਿਸੇ ਦੀ ਹਿੰਮਤ ਨਾ ਹੋਵੇ ਦੁਬਾਰਾ ਇਹ ਕਰਨ ਦੀ। ਜੀ, ਕਿਸ ਤਰ੍ਹਾਂ ਸੇਫਟੀ ਹੋਣੀ ਚਾਹੀਦੀ ਡਾਕਟਰਾਂ ਦੀ, ਕਿਉਂਕਿ ਦਿਨ ਰਾਤ ਡਾਕਟਰ ਨੇ ਡਿਊਟੀ ਕਰਨੀ? ਸਿਰਫ ਡਾਕਟਰ ਨਹੀਂ, ਹਰ ਕੁੜੀ ਦੀ ਸੇਫਟੀ ਹੋਣੀ ਚਾਹੀਦੀ ਹੈ। CCTV ਕੈਮਰਾਜ਼ ਹਰ ਸਟਰੀਟ 'ਚ ਹੋਣੇ ਚਾਹੀਦੇ ਹੈ, ਤਾਂ ਕਿ ਕਿਸੇ ਸਭ ਨੂੰ ਪਤਾ ਹੋਏ ਕਿ ਅਗਰ ਅਸੀਂ ਕਰਾਂਗੇ ਤਾਂ ਸਾਨੂੰ ਸਜ਼ਾ ਵੀ ਮਿਲੂਗੀ, ਅਸੀਂ ਬਚ ਨਹੀਂ ਪਾਵਾਂਗੇ। ਔਰ ਸਪੈਸ਼ਲੀ ਉਹਨਾਂ ਕ੍ਰਿਮੀਨਲ 'ਤੇ ਨਿਗਾਹ ਰੱਖਣੀ ਚਾਹੀਦੀ ਹੈ ਜੋ ਬਾਹਰ ਚਲੇ ਜਾਂਦੇ ਆ ਜਾਂ ਪੋਲੀਟੀਕਲ ਕਨੈਕਸ਼ਨਸ ਹੁੰਦੇ ਆ ਜਿਨ੍ਹਾਂ ਕਰਕੇ ਉਹ ਬਚ ਜਾਂਦੇ ਆ। ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ, ਡਾਕਟਰਾਂ ਵੱਲੋਂ ਵਿਰੋਧ ਕੀਤਾ ਜਾ, ਮੈਂ ਦੁਬਾਰਾ ਦਿਖਾਊਂਗਾ। ਡਾਕਟਰ ਜਿੱਥੇ ਇਕੱਠੇ ਨੇ, ਸਾਰੇ ਵੱਖ ਵੱਖ ਜਥੇਬੰਦੀ ਆਗੂ ਵੀ ਇਕੱਠੇ ਹੋਣੇ ਸ਼ੁਰੂ ਹੋਏ ਨੇ, ਉਹਨਾਂ ਦਾ ਕਹਿਣਾ ਹੈ ਕਿ ਇਨਸਾਫ ਦੇ ਲਈ ਜਿਹੇ ਵੱਡੀ ਲੜਾਈ ਲੜਨੀ ਵੀ ਇੱਕ ਮੰਚ 'ਤੇ ਇਕੱਠੇ ਹੋਵਾਂਗੇ। ਇੱਕੋ ਇੱਕ ਗੱਲ ਮੰਗ ਰਹੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਜੇ ਜਲਦੀ ਕੋਈ ਐਕਸ਼ਨ ਨਾ ਲਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਇਸ ਸਟਾਈਕ ਨੂੰ ਵੱਡੀ ਰੂਪ 'ਚ ਵੀ ਲਿਆ ਜਾਊਗਾ।